ਅਸਲਾਮ ਵਾਲੇਕਮ ਮਾਮੂ ਜੀ। ਵਾਲੇਕਮ ਸਲਾਮ। ਨਾ ਕੀ ਹਾਲ ਹੈ? ਮੁਜ਼ੰਮਲ ਬੋਲ ਰਹੇ ਹਾਂ ਜੀ। ਹਾਂ ਠੀਕ ਹੈ। ਮੁਜ਼ੰਮਲ ਤੋਂ ਸੁਣਾ ਆਪਣੇ ਹਾਲ ਠੀਕ ਨੇ? ਜੀ ਆਰਾ ਹੋ ਰਿਹਾ ਬਸ। ਅੱਛਾ ਮਾਸ਼ਾਅੱਲਾ। ਹੁਣ ਕੀ ਹਾਲ ਹੈ ਸਿਹਤ ਤਬੀਅਤ ਦਾ? ਕਾਫੀ ਦਿਨ ਹੋ ਗਏ ਯਾਰ, ਤੁਹਾਨੂੰ ਰਾਬਤਾ ਵੀ ਨਹੀਂ ਹੋ ਸਕਿਆ। ਤੁਸੀਂ ਇੱਥੇ ਵੀ ਕਦੋਂ ਆਏ ਆ ਇੱਥੇ? ਇਹ ਤਾਂ ਯਾਰ ਡਾਕਟਰ ਨੇ ਮਨਾ ਕਰ ਛੱਡਿਆ ਸੀ ਵੀ ਜਿਹੜਾ ਨਾ ਸਫ਼ਰ ਨਹੀਂ ਕਰਨਾ। ਜੀ ਜੀ। ਤਬੀਅਤ ਨਾ ਖਰਾਬ ਹੋ ਜਾਏ। ਨਹੀਂ ਕੋਈ ਜ਼ਿਆਦਾ ਮਸਲਾ ਹੋਣਾ? ਮਸਲਾ ਨਹੀਂ, ਉਹ ਮਕਸਦ ਸੀ ਨਾ ਸਿਹਤ ਠੀਕ ਰਵੇ। ਪਰੇਸ਼ਨ ਤਾਂ ਜਿਹੜਾ ਨਾ ਹੋਣਾ, ਜੇ ਸਿਹਤ ਖਰਾਬ ਹੋ ਗਈ ਫਿਰ ਨਹੀਂ ਹੋਣਾ। ਇਹ ਤਾਂ ਗੱਲ ਉਹਦੀ ਖਤ ਸਹੀ ਹੈ ਕਿ ਹਾਂ। ਉਹ ਮੇਰਾ ਜਿਹੜਾ ਸੀ ਨਾ ਉਹ ਵਜ਼ਨ ਵੀ ਕਾਫੀ ਸਾਰਾ ਜਿਹੜਾ ਘੱਟ ਗਿਆ ਸੀ। ਤੇ ਫਿਰ ਉਹਦੇ ਨਾਲ ਉਹ ਟੀਕੇ ਵੀ ਉਹਨੇ ਲਿਖ ਦਿੱਤੇ ਵੀ ਇਹ ਦੂਜੇ ਦਿਨ ਜਿਹੜਾ ਟੀਕਾ ਵੀ ਲਓ ਤਾਂ ਕਿ ਬਾਡੀ ਠੀਕ ਹੋਵੇ। ਨਹੀਂ ਉਹ ਕਿਹੜੀ ਚੀਜ਼ ਦੇ ਇੰਜੈਕਸ਼ਨ ਉਹਨੇ ਲਿਖਿਆ ਸੀ? ਉਹ ਉਹਦੇ ਨਾਲ ਸਮਝਦਾ ਵੀ ਜਿਹੜਾ ਤਾਕਤ ਦੇ ਹੀ ਨੇ। ਅੱਛਾ ਅੱਛਾ। ਹਾਂ 1600 ਦਾ ਇੱਕ। ਅੱਛਾ। ਦੂਜੇ ਦਿਨ ਇੱਕ ਇੱਕ ਲੱਗਦਾ, ਦੂਸਰੇ ਦਿਨ ਇੱਕ ਦਿਨ ਛੱਡ ਕੇ ਦੂਜੇ ਦਿਨ। ਸਹੀ ਹੈ। ਹਾਂ ਤੇ ਉਹ ਉਹਦੇ ਨਾਲ ਉਂਝ ਠੀਕ ਹੈ। ਹੁਣ ਜਿਹੜਾ ਖੁਰਾਕ ਠੀਕ ਖਾਧੀ ਜਾਂਦੀ ਹੈ ਜਾ, ਯਾਨੀ ਕਿ ਤਾਕਤ ਹੁਣ ਕੁਛ ਬਣਾ ਹੀ ਹੈ। ਚਲੋ ਸ਼ੁਕਰ ਅਲਹਮਦੁਲਿਲਾ। ਤੇ ਆਪਰੇਸ਼ਨ ਦਾ ਕੀ ਦੱਸ ਰਹੇ ਨੇ? ਹਾਂ ਆਪਰੇਸ਼ਨ ਜਰ ਦਾ ਖੈਰ ਡਾਕਟਰ ਗਏ ਆ ਯੂਕੇ। ਜੀ ਜੀ। ਹਾਂ ਉਹਦੇ ਬੀਬੀ ਬੱਚੇ ਸਨ ਨਾ ਉੱਥੇ। ਜੀ ਜੀ। ਤੇ ਉਸ ਆਖਿਆ ਮੈਂ ਸਾਲ ਬਾਅਦ ਜਾਣਾ ਹੁੰਦਾ ਇੱਕ ਮਹੀਨਾ। ਅੱਛਾ। ਹਾਂ ਜੇ ਤੇ ਤੁਹਾਡਾ ਬਾਡੀ ਹੁੰਦੀ ਠੀਕ ਤੇ ਆਪਰੇਸ਼ਨ ਕਰਕੇ ਮੈਂ ਜਾਣਾ ਸੀ। ਨਹੀਂ ਹੁਣ ਕੀ ਬੜਾ ਕੀ ਹੈ ਬਾਡੀ ਨੂੰ, ਕੀ ਰੌਲਾ ਕੀ ਹੈ ਅਸਲ ਰੌਲਾ? ਯਾਰ ਉਹ ਸੀ ਨਾ ਉਹ ਜਿਹੜਾ ਸੀ ਐਵਰਟਸਟ ਸੀ ਸੀ ਨਾ। ਹਾਂ ਹਾਂ ਉਹ ਤੇ ਆਇਆ ਸੀ, ਉਹ ਤੇ ਕੰਟਰੋਲ ਨਹੀਂ ਸੀ ਹੋ ਗਿਆ? ਉਹ ਨਹੀਂ ਹੋ ਗਿਆ ਸੀ ਲੇਕਿਨ ਨੁਕਸਾਨ ਕਰ ਗਿਆ ਸੀ ਨਾ ਬਾਡੀ ਦਾ। ਅੱਛਾ ਅੱਛਾ। ਹਾਂ ਇਹ ਤੇ ਹਾਂ ਜਿਗਰ ਜਿਗਰ ਜਿਹੜਾ ਸੀ ਨਾ ਉਹ ਕੰਮ ਕਰਨਾ ਛੱਡ ਗਿਆ ਸੀ ਨਾ। ਸਹੀ ਹੈ। ਜਦੋਂ ਜਿਗਰ ਕੰਮ ਕਰਨਾ ਛੱਡ ਜਾਂਦਾ ਤੇ ਫਿਰ ਬੰਦਾ ਜਿਹੜਾ ਨਾ ਉਹਦਾ ਵਜ਼ਨ ਵੀ ਘੱਟ ਜਾਂਦਾ ਗਿਆ, ਬਾਡੀ ਵੀ ਯਾਨੀ ਕਿ ਜਿਵੇਂ ਖੁਸ਼ਕ ਨਹੀਂ ਹੋ ਜਾਂਦੀ ਕੋਈ ਚੀਜ਼। ਜਾ ਜਾ ਬਿਲਕੁਲ ਉਹ ਸਾਫ ਬਣ ਗਿਆ ਸੀ। ਅੱਲਾ ਤਾਲਾ ਮਾਫੀ ਦੇਵੇ ਸਾਹਿਬ ਸਾਰੇ ਜਿਹੜੇ ਯਾਰ ਜਿਸਮ ਦੇ ਵਿੱਚ। ਹਾਂ ਡਾਕਟਰ ਨੇ ਆਖਿਆ ਵੀ ਇਹ ਜਿਹੜਾ ਜਿਹੜਾ ਪ੍ਰੇਸ਼ਨ ਹੈ ਨਾ ਇਹਨੂੰ ਤਾਕਤ ਨਹੀਂ ਚਲਾਣਾ, ਅਸੀਂ ਤੇ ਕੁਛ ਨਹੀਂ ਕਰ ਸਕਦੇ ਇਹਦੇ ਨਾਲ। ਨਹੀਂ ਨਹੀਂ ਇਹ ਗੱਲ ਉਹਦੀ ਵਾਕਈ ਸਹੀ ਉਹਨਾਂ ਦੇ ਉਹ। ਹਾਂ ਨਾ ਤੇ ਅਸੀਂ ਬਲੈਡ ਲਾ ਸਕਦੇ ਆ ਇਹਦੇ ਤੇ, ਨਾ ਇਹਨੂੰ ਕੋਈ ਐਵੀ ਟੀਕਾ ਹੀ ਅਸੀਂ ਫਿਰ ਬਾਅਦ ਚ ਜਿਹੜਾ ਲਾ ਸਕਦੇ। ਇਹ ਤਾਂ ਖੁਦ ਬਹੁਦ ਜਿਹੜਾ ਨਾ ਤਾਕਤ ਬੰਦੇ ਦੀ ਜਿਹੜੀ ਹੈ ਨਾ ਉਹ ਹੀ ਚਲਾਉਂਦੀ ਹੈ ਗੁਰਦੇ ਨੂੰ। ਜੀ ਹਾਂ ਬਿਲਕੁਲ। ਇਹ ਤੇ ਗੱਲ ਖੈਰ ਉਹਨਾਂ ਦੀ, ਇਸ ਵਜ੍ਹਾ ਤੋਂ ਫਿਰ ਉਹਨੇ ਆਖਿਆ ਵੀ ਪਹਿਲੇ ਇਹਦਾ ਜਿਹੜਾ ਨਾ ਜੀ ਸਮੇਂ ਗ੍ਰਹਿਸਤੀ ਪੂਰੀ ਕਰ ਲਈਏ ਜੀ, ਬਾਅਦ ਚ ਨਾ ਪਰੇਸ਼ਾਨੀ ਬੜੇ, ਬਾਅਦ ਚ ਸਾਡੇ ਕੋਲ ਫਿਰ ਕੁਛ ਨੀ ਆਉਣਾ। ਚੱਲੇ ਨਾ ਤੇ ਫਾਇਦਾ ਕੀ, ਪਰੇਸ਼ਨ ਦੇ ਨਿਰਾਖ ਕਰਨ ਦਾ ਫਾਇਦਾ ਹੀ ਨੀ ਨਾ। ਨਹੀਂ ਨਹੀਂ ਸਾਫ ਸਾਰਾ ਯਾਰ ਉਸ ਟਾਈਮ ਤੇ ਬਿਲਕੁਲ ਬਾਡੀ ਨੂੰ ਨਿਊਟਰਲ ਛੱਡਦੇ ਨੇ ਆਪਣੇ ਸਾਰੇ ਤੇ ਆਪ ਜਿਹੜਾ ਨਾ ਗੁਰਦਾ ਚੱਲੇ ਫਿਰ। ਹਾਂ ਬਿਲਕੁਲ। ਮੈਂ ਕਿਹਾ ਐਚ ਬੀ ਘੱਟ ਤੋਂ ਘੱਟ ਹੋਵੇ ਤੇ 9 ਹੋਣੀ ਚਾਹੀਦੀ, ਮੇਰੀ ਸੀ ਉਦੋਂ 7 ਐਚ ਬੀ। ਹਾਂ 2 ਤੇ ਜਿਹੜੀ ਉਹ ਤੇ ਜ਼ਾਇਆ ਹੋ ਜਾਣੀ ਹੈ ਨਾ। ਨਹੀਂ ਸਾਫ ਸਾਰਾ ਜੀ ਉਹ ਤੇ ਆਪਰੇਸ਼ਨ ਦੇ ਦੌਰਾਨ ਖੂਨ ਤੇ ਫਿਰ ਜ਼ਿਆਦਾ ਹੁੰਦਾ। ਹਾਂ ਆਪਰੇਸ਼ਨ ਤੇ ਉਹਨੇ ਸਾਰੀ ਗੱਲ ਮੈਨੂੰ ਦੱਸੀ ਸੀ, ਮੈਂ ਥੋੜਾ ਜਿਹਾ ਨਾ ਬੈਂਦਾ ਸਾ ਕਾਲਾ। ਜੀ ਜੀ। ਤੇ ਡਾਕਟਰ ਨੇ ਫਿਰ ਮੈਨੂੰ ਜਿਹੜਾ ਸਮਝਾਇਆ ਉਹਨੇ ਆਖਿਆ ਵੀ ਗੱਲ ਇਹ ਵੀ ਤੂੰ ਵੀ ਠੀਕ ਹੈ ਜਿਹੜਾ ਆਪਣੀ ਥਾਂ ਤੇ, ਲੇਕਿਨ ਨਿਰਾ ਟੱਕ ਦੇਣ ਦਾ ਕੋਈ ਫਾਇਦਾ ਨੀ ਨਾ। ਆਹੋ ਵੀ ਨਿਰਾ ਹੁਣ ਟੱਕ ਦੇ ਕੇ ਟਾਂਕੇ ਲਾ ਛੱਡਣੇ ਨੇ, ਉਹਦਾ ਕੋਈ ਫਾਇਦਾ ਤੈਨੂੰ ਨੀ ਮਿਲਣਾ। ਗੱਲ ਇਹ ਵੀ 2 ਪੁਆਇੰਟ ਜ਼ਾਇਆ ਹੋ ਜਾਣਾ ਖੂਨ। ਅੱਛਾ ਹੁਣ 7-5 ਰਹਿ ਗਿਆ ਤੇ ਬਿਲਕੁਲ ਜਿਹੜਾ ਚੱਲਣਾ ਹੀ ਨੀ ਗੁਰਦਾ। ਨਾ ਨਾ 5 ਤੇ ਯਾਰ ਬਿਲਕੁਲ ਡਾਊਨ ਹੈ ਫਿਰ। ਆਪਰੇਸ਼ਨ ਆਪਰੇਸ਼ਨ ਤੋਂ ਬਾਅਦ ਉਹਨੇ ਆਖਿਆ 7 ਹੋਣਾ ਚਾਹੀਦਾ। ਤਾਂ ਗੁਰਦਾ ਚੱਲਣਾ। ਅਸੀਂ ਫਿਰ ਸਾਡੇ ਕੋਲ ਕੀ ਹੱਲ ਹੈ ਜਿਹੜਾ ਅਸੀਂ ਕਰ ਸਕਦੇ ਹਾਂ? ਕੋਈ ਹੱਲ ਨੀ ਆਉਣਾ ਸਰ। ਨਹੀਂ ਬਲਕਿ ਉਸ ਟਾਈਮ ਤੇ ਉਹ ਨਾ ਇੰਜੈਕਸ਼ਨ ਲਾ ਕੇ ਕੂਵਤ ਤੇ ਮਦਾਫਤ ਹੋਰ ਘਟਾ ਦਿੰਦੇ ਨੇ ਬੰਦੇ ਦੀ ਵੀ ਗੁਰਦਾ। ਹਾਂ ਉਹ ਇਹਦੇ ਨਾਲ ਉਹ ਜਿਹੜਾ ਨਾ ਉਹ
ਸਿਸਟਮ ਬੰਦੇ ਦਾ ਹੋਰ ਕਮਜ਼ੋਰ ਕਰਦੇ ਨੇ। ਹਾਂਜੀ ਬਿਲਕੁਲ, ਤਾਂ ਗੁਰਦਾ ਜਿਹੜਾ ਨਾ ਉਹ ਕਾਮਯਾਬ ਹੁੰਦਾ। ਉਹ ਸਾਫ ਸਾਰ ਇੱਕ ਨਵੀਂ ਚੀਜ਼ ਦੂਸਰੇ ਜਿਸਮ ਚੋਂ ਨਿਕਲ ਕੇ ਇੱਕ ਦੂਸਰੇ ਨੂੰ ਜਾਣੀ ਹੈ। ਉਹਨੇ ਤੇ ਉਹ ਜਿਹੜਾ ਨਾ ਪੰਜਾਬੀ ਦਾ ਹਿਸਾਬ ਤੇ ਉਹਨੇ ਤੇ ਜਿਹੜਾ ਤਕਲੀਫ ਹੀ ਦੇਣੀ ਹੈ ਨਾ ਫਿਲਹਾਲ। ਬਿਲਕੁਲ ਇਹ ਤੇ ਗੱਲ ਹੈ, ਖੈਰ ਮਹਿਸੂਸ ਕਰਨਾ ਨਾ ਬਾਡੀ ਨੇ। ਚੱਲ ਤਾਲਾ ਯਾਰ ਤੁਹਾਨੂੰ ਫੇਰ ਤੰਦਰੁਸਤ ਦੇ। ਉਸ ਵਾਸਤੇ ਫਿਰ ਉਹਨੇ 2 ਤਰੀਕ ਨੂੰ ਜਿਹੜਾ ਨਾ ਆ ਰਿਹਾ ਡਾਕਟਰ ਵਾਪਸ। ਅੱਛਾ 2 ਤਰੀਕ ਨੂੰ ਆ ਰਿਹਾ। ਹਾਂ 2 ਨੂੰ ਆ ਰਿਹਾ ਤੇ ਉਹਨੇ ਇਹ ਗੱਲ ਕਰਕੇ ਗਿਆ ਸੀ ਵੀ 3 ਨੂੰ ਜਾਂ 4 ਨੂੰ ਜੀ ਆਪਰੇਸ਼ਨ ਤੇਰਾ ਹੀ ਕਰਨਾ ਪਹਿਲੇ ਹੁਣ। ਅੱਛਾ ਚਲੋ ਅੱਲਾ ਤਾਲਾ ਯਾਰ ਖੈਰ। ਹਾਂ ਮੈਂ ਕਿਹਾ ਚਲੋ ਜੀ ਠੀਕ, ਮਹੀਨਾ ਹੋਰ ਜਿਹੜਾ ਨਾ ਗੁਜ਼ਾਰਾ ਕਰ ਲੈਂਦੇ ਆ। ਚਲ ਸਾਹਿਬ ਤੁਸੀਂ ਦਲੇਰੀ ਵੀ ਦੀ ਚਾਚਾ ਕੋ ਅਖੀਰ ਕਰ ਦਿੱਤੀ ਯਾਰ ਤੁਹਾਡੀ। ਮੈਂ ਤਾਂ ਕੀ ਕਰੀਏ, ਦਲੇਰੀ ਵੀ ਕਰਨੀ ਪੈਂਦੀ ਹੈ। ਯਕੀਨ ਕਰ ਆ ਗਿਆ ਈਦ ਨਾਲ ਪੜ ਕੇ ਨਿਕਲਿਆ ਨਾ ਚੱਕੋ ਮਸਜਿਦ ਚੋਂ ਬਾਹਰ ਤੇ ਤੁਹਾਡੀਆਂ ਗੱਲਾਂ ਆਉਣ ਲੱਗ ਪਈਆਂ। ਮੇਰੇ ਕੋਲ ਫਿਰ ਅਕਸਰ ਪੁੱਛਦੇ ਰਹਿਣਾ ਕਿਉਂਕਿ ਸਾਰਿਆਂ ਨੂੰ ਪਤਾ ਵੀ ਮਾਮੂ ਜੀ ਤਕਰੀਬਨ ਸ਼ਾਖਾ ਨੂੰ ਪਤਾ ਵੀ ਇਹਦਾ ਇਸ ਬੰਦੇ ਦਾ ਰਾਬਤਾ ਹੈ। ਹਾਂ ਇਹਦੇ ਨਾਲ ਫਿਰ ਸਾਰੇ ਉਹ ਪਰ ਕਬਰਸਤਾਨ ਟੁਰੇ ਜਾਂਦੇ ਹਨ ਦੁਆ ਵਾਸਤੇ। ਸਾਰੇ ਮੈਨੂੰ ਪੁੱਛਣ ਲੱਗ ਪਏ ਵੀ ਜਵੇਦ ਦਾ ਹੁਣ ਕੀ ਸੂਰਤ ਹਾਲ ਹੈ, ਪਰੇਸ਼ਨ ਕਿਉਂ ਨਹੀਂ ਹੋ ਰਿਹਾ ਉਹਦਾ, ਕੋਈ ਅਸਲ ਗੱਲ ਹੈ ਜਿਹੜੀ ਤੁਸੀਂ ਛੁਪਾ ਰਹੇ ਹੋ। ਮੈਨੂੰ ਫਿਰ ਨਾ ਐਂ ਪੁੱਛਣ ਲੱਗਾ, ਮੈਂ ਯਾਰ ਅਸਲ ਗੱਲ ਕੋਈ ਵੀ ਨਹੀਂ। ਵਜ੍ਹਾ ਇਹ ਵੇ ਕਿ ਉਸਦਾ ਯਾਰ ਹੁਣ ਅੱਗੋਂ ਬਾਡੀ ਸਾਥ ਦੇਵੇ ਤੇ ਫੇਰ ਹੈ ਨਾ, ਕਿਉਂਕਿ ਜਿੱਥੇ ਉਹ ਲੋਕ ਵੀ ਸੱਚੇ ਨੇ ਤਾਂ ਕਿ ਉਹ ਜਿਹੜਾ ਸੀ ਨਾ ਮਸਲਾ ਐਵੀਡੈਂਟ ਸੀ ਵਾਲਾ ਜੀ ਜੀ, ਉਹ ਤੇ ਅਸੀਂ ਪਹਿਲਾਂ ਕਿਸੇ ਅੱਗੇ ਨਾ ਹੀ ਨਹੀਂ ਨਾ ਲਿਆ। ਬਿਲਕੁਲ ਇਸ ਤਰ੍ਹਾਂ ਤੁਹਾਨੂੰ ਵੀ ਨਹੀਂ ਪਤਾ ਲੱਗਾ ਤੇ ਉਹ ਕਦੋਂ ਹੋ ਗਿਆ? ਮੈਨੂੰ ਵੀ ਨਹੀਂ ਪਤਾ ਲੱਗਾ। ਉਹ ਮੇਰਾ ਮਕਸਦ ਉਹ 5 ਮਹੀਨੇ ਤੇ ਉਹ ਜਿਹੜਾ ਲੈ ਗਈ ਹੈ ਨਾ, ਹਾਂਜੀ ਦਵਾਈ ਖਾਧੀ ਹੈ ਜੀ, ਉਹਦੇ ਚ ਪਤਾ ਨੀ ਹੁਣ ਡਾਕਟਰ ਜਿਹੜਾ ਮੈਂ ਦਲੇਰੀ ਦੇ ਰਿਹਾ ਸੀ ਯਕੀ ਚੱਕਰ ਸੀ ਉਹਦਾ ਠੀਕ ਹੋ ਜਾਂਦਾ, ਆ ਮਹੀਨਾ ਖਾਓ ਨਾ ਠੀਕ ਹੋ ਜਾਂਦਾ। ਸਹੀ ਸਹੀ ਇਵੇਂ ਕਰਦੇ ਕਰਦੇ 5 ਮਹੀਨੇ ਗੁਜ਼ਰ ਗਏ ਨੇ। ਹਾਂ ਬਿਲਕੁਲ, ਜਦੋਂ ਉਂਝ ਪਤਾ ਲੱਗਿਆ ਜਦੋਂ ਠੀਕ ਹੋਇਆ ਨਾ, ਹਾਂਜੀ ਉਦੋਂ ਮੈਨੂੰ ਵੀ ਪਤਾ ਲੱਗਾ ਮੇਰਾ ਜਿਹੜਾ ਪਹਿਲੇ ਪੇਟ ਸੀ ਨਾ ਸਖਤ ਸੀ ਜੀ ਜੀ, ਤੇ ਫਿਰ ਜਦੋਂ ਉਹ ਬਿਲਕੁਲ ਜਿਹੜਾ ਨਾ ਠੀਕ ਹੋਇਆ ਜਿਗਰ ਜਿਹੜਾ ਉਹ ਆਪਣਾ ਜਿਹੜਾ ਨਾਰਮਲ ਜਗ੍ਹਾ ਤੇ ਆਇਆ, ਪੇਟ ਬਿਲਕੁਲ ਜਿਹੜਾ ਨਾਲ ਲੱਗ ਗਿਆ, ਮਾਲੂਮ ਮੈਨੂੰ ਪਤਾ ਲੱਗ ਗਿਆ ਵੀ ਮੈਂ ਹੁਣ ਠੀਕ ਹੋ ਗਿਆ ਜੀ ਜੀ ਬਿਲਕੁਲ। ਨਹੀਂ ਨਹੀਂ ਬੰਦੇ ਨੂੰ ਫਿਰ ਲੱਤਾਂ ਵੀ ਫੁੱਲਦੀਆਂ ਸਨ ਪਹਿਲੇ, ਹਾਂਜੀ ਮਤਲਬ ਥੋੜਾ ਜਿਹਾ ਜਿਹੜਾ ਟੁੱਟਦਾ ਸਾ ਨਾ ਜੀ ਜੀ, ਤੇ ਸਾਹ ਚੜ ਜਾਂਦਾ ਸੀ। ਸਹੀ ਸਹੀ ਹੁਣ ਮੈਂ ਦਿਹਾੜੀ ਦਾ 3-4 ਵਾਰੀ ਸੀੜੀਆਂ ਚੜ੍ਹਨਾ ਪਤਾ ਹੀ ਨੀ ਲੱਗਦਾ ਮੈਨੂੰ। ਚਲੋ ਯਾਰ ਅੱਲਾ ਤਾਲਾ ਹੁਣ ਤੇ ਹੁਣ ਕਿੰਨੇ ਵੀ ਹੁੰਦੇ ਨੇ ਇੱਕ ਦਿਨ ਮੈਨੂੰ ਸਮਾਨ ਭੇਜਦਾ ਸੀ ਕਹਿੰਦਾ ਸੀ ਹੁਣ 3 ਦਫਾ ਹੁੰਦੇ ਨੇ ਤੀਸਰੇ ਦਿਨ, ਅੱਗੇ ਜਿਹੜਾ ਨਾ ਚੌਥੇ ਦਿਨ ਸੀ ਹੁਣ ਤੀਸਰੇ ਦਿਨ। ਅੱਛਾ ਹੁਣ 3 ਟਾਈਮ ਖਾਣਾ ਸਹੀ ਖਾਣਾ ਜਿਵੇਂ ਬੰਦਾ ਖਾਂਦਾ ਨੀ ਤੰਦਰੁਸਤ ਬੰਦਾ, ਹਾਂਜੀ ਚੰਗਾ ਹੀ ਕੀਤਾ ਇਸ ਵਾਰੀ ਨਹੀਂ ਇੱਧਰ ਆਏ, ਗਰਮੀ ਵੀ ਬੜੀ ਸੀ ਇੱਧਰ। ਨਹੀਂ ਡਾਕਟਰ ਨੇ ਮੈਨੂੰ ਦੱਸਿਆ ਸੀ ਕਿਉਂਕਿ ਉਹਨੂੰ ਪਤਾ ਨਾ ਵੀ ਰਹਿਣ ਵਾਲਾ ਬੰਦਾ ਜੀ ਜੀ, ਉਸ ਮੈਨੂੰ ਇਹ ਗੱਲ ਕੀਤੀ ਸੀ ਵੀ ਇੱਕ ਤੇ ਤੂੰ ਮਸ਼ੀਨ ਨਹੀਂ ਬਦਲਾਣੀ। ਅੱਛਾ ਡੈਲਸਰ ਵਾਲੀ, ਹਾਂ ਜਿਹੜੀ ਇਹਨਾਂ ਜਿੱਥੋਂ ਕਰਾ ਰਹੇ ਆ ਉੱਥੇ ਹੀ ਹੁਣ ਕਰਾਣਾ। ਦੂਜੇ ਨੰਬਰ ਤੇ ਇਹ ਵੇ ਹਾਂਜੀ ਕਿਹਦੇ ਚ ਨਾਗਾ ਨਹੀਂ ਕਰਨਾ। ਹਾਂ ਬਿਲਕੁਲ ਇਹ ਵੀ ਗੱਲ ਹੋ ਗਈ ਸਹੀ, ਜਿਹੜਾ ਆਪਣੇ ਆਪ ਨੂੰ ਤਕਲੀਫ ਨਹੀਂ ਦੇਣੀ ਵੀ ਚੱਲ ਕੋਈ ਨੀ ਯਾਰ ਅੱਜ ਨਹੀਂ ਸਵੇਰੇ ਕਰਾ ਲਾਵੇ। ਹਾਂ ਵੀ ਡਿਲੇ ਨਹੀਂ ਕਰਨੀ ਇਹਦੇ ਵਿੱਚ ਹੁਣ, ਹਾਂ ਡਿਲੇ ਨਹੀਂ ਕਰਨੀ ਇਹ ਕੰਮ ਬਿਲਕੁਲ ਨਹੀਂ ਕਰਨਾ। ਸਹੀ ਹੈ, ਤੇ ਤੀਜੇ ਨੰਬਰ ਤੇ ਉਹਨੇ ਇਹ ਵੀ ਆਖਿਆ ਕਿ ਜ਼ਿਆਦਾ ਲੰਮਾ ਜਿਹੜਾ ਸਫ਼ਰ ਵੀ ਨਹੀਂ ਕਰਨਾ। ਹਾਂ ਇਹ ਵੀ ਗੱਲ ਉਹਦੀ ਸਹੀ ਹੈ, ਸਫ਼ਰ ਨਾਲ 3 ਸ਼ਰਤਾਂ ਉਹਨੇ ਮੈਨੂੰ ਦੱਸੀਆਂ ਹਨ। ਉਹਨੇ ਆਖਿਆ ਫੇਰ ਅਗਰ ਤਬੀਅਤ ਡਾਊਨ ਹੋ ਗਈ ਤੇ ਇੰਜ ਸਮਝ ਲੈ ਮਹੀਨਾ ਤੋਂ ਫਿਰ ਪੈ ਜਾਏਗਾ। ਹਾਂ ਗੱਲ ਉਹਦੀ ਸਹੀ ਹੈ, ਉਹ ਇਸ ਵਜ੍ਹਾ ਤੋਂ ਮੁਕੰਮਲ ਫਿਰ ਮਜਬੂਰੀ ਤੋਂ ਮੈਂ ਜਿਹੜਾ ਨਾ ਈਦ ਵੀ ਇੱਥੇ ਗੁਜ਼ਾਰਾ ਕੀਤਾ ਬਸ। ਨਹੀਂ ਨਹੀਂ ਯਾਰ ਚੰਗਾ ਕੀਤਾ ਯਾਰ, ਲੰਘ ਜਾਣੀ ਇੱਕ ਤੇ ਦਿਹਾੜੀ ਹੈ ਜੀ। ਅੱਛਾ ਤੇ ਗਰਮੀ ਜਿਹੜੀ ਸੀ ਨਾ ਉਹ ਮੇਰੇ ਕੋਲ ਹੁਣ ਜਿਹੜਾ ਨਾ ਥੋੜੀ ਜੀ ਵੀ ਨਹੀਂ ਜਿਹੜਾ ਬਰਦਾਸ਼ਤ ਹੁੰਦੀ ਯਾਰ, ਜਿਸਮ ਤੇ ਤੁਹਾਡਾ ਸਾਥ ਦਿੰਦਾ ਨਹੀਂ ਤੇ ਗਰਮੀ ਸਰਦੀ ਚ ਹੁਣ ਜਿਹੜਾ ਨਾ ਕੁਛ ਕਮਜ਼ੋਰੀ ਹੈ ਤੇ ਕੁਛ ਜਿਹੜਾ ਨਾ ਉਹ ਜਿਹੜਾ ਨਾ ਇੱਥੇ ਰਹਿ ਰਹਿ ਕੇ ਨਾ ਹਾਂਜੀ ਜਿਸਮ ਬਿਲਕੁਲ ਜਿਹੜਾ ਨਾ ਜਿਵੇਂ ਇੱਕ ਮਲੂਕ ਚੀਜ਼ ਹੁੰਦੀ ਹੈ ਇੰਝ ਹੋ ਗਿਆ।
ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਯਾਰ ਉਹ ਕੰਮ ਕਾਰ ਕੋਈ ਨਾ ਕਰਨਾ, ਐਵੇਂ ਮੰਜੀ ਤੇ ਪਿਆ ਰਹਿਣਾ ਪਿਆ ਰਹਿਣਾ, ਜਿਸਮ ਇਹ ਵੀ ਕਮਜ਼ੋਰੀ, ਇਹ ਵੀ ਕਮਜ਼ੋਰੀ ਹੈ ਜੀ। ਹਾਂ ਬਿਲਕੁਲ, ਮੈਂ ਯਾਰ ਬੜੇ ਦਿਨਾਂ ਬਾਅਦ ਕਾਫੀ ਦੁਨੀਆਂ ਮੈਨੂੰ ਪੁੱਛੀ ਜਾਂਦੀ ਸੀ ਯਾਰ ਮਾਮੂ ਜਵੇਦ ਬਾਰੇ ਸੂਰਤੀ ਹਾਲ ਦੱਸ ਦੱਸ, ਮੈਂ ਕਿਹਾ ਅੱਜ ਮਾਮੂ ਨਾਲ ਗੱਲ ਮੈਂ ਸਗੋਂ ਆਪ ਪਿਆਂ ਦੱਸਾਂ ਵੀ ਬੜੇ ਦਿਨ ਗੁਜ਼ਰ ਗਏ ਨਾ। ਹਾਂਜੀ ਤੇ ਈਦ ਦਾ ਵੀ ਨਹੀਂ ਹਿਸਾਬ ਕਿਤਾਬ ਹੋਇਆ ਤੇ ਪਤਾ ਨੀ ਕੀ ਗੱਲ ਹੈ ਬਾਈ। ਆ ਮੁਦੰਮਲ ਨੇ ਫੋਨ ਪਤਾ ਨੀ ਕਿਉਂ ਨੀ ਕੀਤਾ, ਫੋਨ ਨਹੀਂ ਕੀਤਾ ਯਾਰ। ਦੂਜੇ ਚੌਥੇ ਦਿਨ ਨਾ ਜੀ ਜੀ ਇੰਤਜ਼ਾਰ ਜਿਹੜਾ ਬਣ ਜਾਂਦੀ ਯਾਰ, ਕੋਈ ਖੈਰ ਖਬਰ ਨਹੀਂ ਦਿੱਤੀ ਉਹਨੇ ਬਾਈ। ਯਾਰ ਮੈਂ ਥੋੜਾ ਜਿਹਾ ਰਿਹਾ ਮਸਰੂਫ ਹੈ, ਉਲਝਣਾ ਤੁਹਾਨੂੰ ਪਤਾ ਹੀ ਨੀ ਮੇਰੀਆਂ ਕਿਵੇਂ ਦੀਆਂ ਹਨ। ਹੁਣ ਤੂੰ ਨੇੜੇ ਲੱਗਣ ਨੀ ਹੈ ਕਿ ਨਹੀਂ ਅਜੇ? ਨਹੀਂ ਅੱਲਾ ਦਾ ਸ਼ੁਕਰ ਹੈ ਕੋਈ ਲੱਗ ਗਿਆ ਨੇ ਯਾਰ, ਅਲਹਮਦੁਲਿਲਾ ਨੇੜੇ ਕੰਮ ਹੋਣ, ਅੱਲਾ ਤਾਲਾ ਖੈਰ ਕਰੇ ਬਸ ਇਨਸ਼ਾਅੱਲਾ ਨਾ, ਤੁਹਾਡੀ ਦੁਆ ਹੋਣੀ ਚਾਹੀਦੀ ਹੈ ਮਾਸ਼ਾਅੱਲਾ। ਬਸ ਉਸ ਜਿਹੜਾ ਨਾ ਤਕਵਾ ਉਹਦੇ ਤੇ ਰੱਖ, ਸਾਰਾ ਕੁਝ ਠੀਕ ਹੋ ਜਾਣਾ ਇਨਸ਼ਾਅੱਲਾ। ਤਕਵਾ ਤੋਂ ਰੱਖ, ਵੇਖੀ ਹਰਸ਼ਾ ਸਹੀ ਹੋ ਜਾਣੀ। ਨਹੀਂ ਮਾਮੂ ਜੀ ਕੋਈ ਜੀ ਮੈਂ ਕਿਹਾ ਵੀ ਜਿਹੜਾ ਨਾ ਸਬਰ ਦਾ ਹੀ ਕੁਛ ਨਾ ਕੁਛ ਮਿਲਣਾ, ਬੇਸਬਰੀ ਨਾਲ ਕੁਝ ਨਹੀਂ ਮਿਲਣਾ। ਜੀ ਜੀ ਬਿਲਕੁਲ, ਨਾਲੇ ਮਾਮੂ ਜੀ ਬੇਸਬਰੇ ਹੋ ਕੇ ਅਸੀਂ ਕਰ ਕੀ ਸਕਦੇ ਆ, ਜਦੋਂ ਹੱਥ ਵਾਸਤੇ ਕੋਈ ਨਹੀਂ, ਅੱਲਾਹ ਤਾਲਾ ਬੇਸਬਰੀ ਨਾਲ ਕੁਛ ਨਹੀਂ ਮਿਲਦਾ, ਕਿਤੋਂ ਵੀ ਕੱਖ ਨਹੀਂ ਮਿਲਦਾ। ਜੀ ਜੀ ਬਿਲਕੁਲ ਐਵੇਂ ਹੀ ਗੱਲ ਹੈ ਨਾ, ਕੁਝ ਵੇਖੋ ਨਾ ਬੇਸਬਰਾ ਹੋ ਕੇ ਬੰਦਾ ਕਾਨੂੰਨ ਸੀ ਤੁਈਏ ਸਮਝਾ ਕਾਨੂੰਨੀ ਕਾਰਵਾਈ, ਬੇਸਬਰਾ ਹੋ ਕੇ ਪੈ ਜੇ ਜੀ ਹਾਂ ਉਹ ਪਿਛਲੀ ਉੱਥੇ ਹੋਵੇ ਨਵਾਂ ਛੇੜ ਲਵੇ। ਹਾਂ ਬਿਲਕੁਲ, ਉਹ ਫਿਰ ਨੁਕਸਾਨ ਚ ਹੀ ਜਾਣਾ ਉਹਨਾਂ ਤੇ ਜਿਹੜਾ ਅੱਲਾਹ ਤਾਲਾ ਵੀ ਇਸ ਤੋਂ ਬੰਦੇ ਨੂੰ ਸਬਰ ਦਿੱਤਾ ਨਾ, ਬੰਦੇ ਸਬਰ ਕਰੇ ਤਾਂ ਸਾਰਾ ਕੁਝ ਹੋ ਜਾਏਗਾ, ਅੱਲਾਹ ਤਾਲਾ ਇਨਸ਼ਾਅੱਲਾ ਮਦਦ ਵੀ ਕਰਦਾ ਹੈ। ਬਿਲਕੁਲ, ਜਿਸ ਤੇ ਬੰਦਾ ਜਾਂਦਾ ਫਿਰ ਸਿੱਧੇ ਰਾਹ ਵੇ ਜੀ ਜੀ, ਉੱਥੇ ਰਾਹ ਨੀ ਪੈਂਦਾ ਜੇ ਸਬਰ ਦਾ ਨਾ ਹੋਵੇ ਤੇ ਕੁੱਥੇ ਰਾਹ ਬੰਦਾ ਨੀ ਪੈਂਦਾ। ਅਰੇ ਮੈਂ ਸਹੀ ਗੱਲ ਮਾਮੂ ਜੀ ਅਗਰ ਸਹੀ ਪੁੱਛਦੇ ਤਾਂ ਮੈਂ ਸਬਰਿਆ ਬੜਾ ਪੈ ਜਾਣਾ ਸੀ ਜੇ ਅਗਰ ਤੁਹਾਡਾ ਨਾ ਨਾ ਸਾਥ ਹੁੰਦਾ ਮੈਨੂੰ। ਨਾ 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 ਸਬਰਿਆ ਹੋ ਕੇ, ਕਿਉਂਕਿ ਮੇਰਾ ਵੀ ਹਜੇ ਤੁਹਾਨੂੰ ਪਤਾ ਬੱਚਿਆਂ ਵਾਲਾ ਹੀ ਦੇਣ ਐਡਾ ਜਿਵੇਂ ਵਡੇਰੇ ਬੰਦੇ ਦਾ ਦੇਣ ਨਹੀਂ, ਮੈਂ ਵੀ ਫਿਰ ਵਿੱਚ ਕਾਲਾ ਪੈ ਜਾਂਦਾ ਸੀ ਨਾ, ਤੇ ਮੈਂ ਦੱਸਾਂ ਵੀ ਛੇਕ ਦੀਵਾਰ ਸ਼ਹਿਰ ਨੂੰ ਇੱਕ ਦਿਨ ਨਹੀਂ ਕਾਲੇ ਪਵੇਂ ਦਾ ਤੇ ਫਿਰ ਉਹ ਕਾਲੇ ਜੀ ਬੰਦਾ ਪਵੇ ਇਹਨੂੰ ਜਿਹੜਾ ਕੰਮ ਜਿਹੜੇ ਰਾਹ ਅੱਗੇ ਬੰਦਾ ਪਿਆ ਉਹਨੂੰ ਛੱਡ ਕੇ ਨਵੇਂ ਰਾਹ ਪੈ ਜਾ, ਉਹਦਾ ਪਤਾ ਹੀ ਨੀ ਉਸ ਰਾਹ ਦਾ ਕਿੱਧਰ ਨੂੰ ਜਾਂਦਾ ਪਿਆ। ਫਿਰ ਅੱਗੋਂ ਜਾ ਕੇ ਪੁੱਛਣਾ ਕਿਸੇ ਕੋਲ ਯਾਰ ਆ ਰਾਹ ਕਿੱਥੇ ਜਾਂਦਾ, ਉਹਦੀ ਮਰਜ਼ੀ ਉਹ ਸਿੱਧਾ ਰਾਹ ਚੜੇ ਉਹਦੀ ਮਰਜ਼ੀ ਉਹ ਪੁੱਠਾ ਦਾ। ਜੀ ਹਾਂ ਤੇ ਬਿਹਤਰ ਬੰਦਾ ਪਵੇ ਹੀ ਨਾ, ਜਿਹੜੇ ਰਾਹ ਬੰਦਾ ਪੇ ਹੈ ਉਹਦਾ ਤੇ ਪਤਾ ਲੱਗਾ ਨਾ ਇਹ ਯਾਰ ਸਿੱਧਾ ਫਤਿਹਪੁਰ ਨੂੰ ਜਾ ਰਿਹਾ ਇਹ ਠੀਕ ਹੈ। ਜੀ ਹਾਂ ਨਵੀਂ ਖਜਾ ਖਰਾਬੀ ਬੰਦਾ ਕਿਉਂ ਕਰੇ ਸਰ? ਹਾਂਜੀ ਨਹੀਂ ਨਹੀਂ ਮੈਂ ਕੰਮ ਦੀ ਮਿਆਦ ਹੁੰਦੀ ਹੈ, ਮਤਲਬ ਮੈਂ ਬੜੀ ਕੋਸ਼ਿਸ਼ ਕੀਤੀ ਹੈ ਕਿ ਮੇਰਾ ਯਾਰ ਬੜਾ ਲੇਟ ਹੋ ਗਿਆ ਕੰਮ ਜਲਦੀ ਹੋ ਜਾਏ। ਹਾਂਜੀ ਲੇਕਿਨ ਸਹੀ ਦਿਨ ਮੈਂ ਦੱਸਾਂ ਨਾ ਕੁਦਰਤੀ ਜੀ ਕੁਦਰਤੀ ਜਿਹੜਾ ਨਾ ਕੋਈ ਨਾ ਕੋਈ ਕੋਈ ਨਾ ਕੋਈ ਵਿੱਚ ਜਿਹੜਾ ਨਾ ਰਾਹ ਬਣ ਜਾਂਦਾ ਸੀ ਤੇ ਫਿਰ ਮੈਂ ਸੋਚਦਾ ਹਾਂ ਵੀ ਇਹ ਬਿਹਤਰ ਹੀ ਹੈ। ਹਾਂਜੀ ਇਹਦੇ ਚ ਵੀ ਕੋਈ ਬਿਹਤਰੀ ਹੈ? ਬਿਲਕੁਲ ਨਹੀਂ ਨਹੀਂ ਸਹੀ ਗੱਲ ਹੈ ਯਾਰ, ਜਦੋਂ ਹੁਕਮ ਹੋਣਾ ਨਾ ਕੰਮ ਉਦੋਂ ਹੀ ਹੋਣਾ, ਉਦੋਂ ਪਤਾ ਵੀ ਨਹੀਂ ਲੱਗਣਾ, ਉਦੋਂ ਸਾਰਾ ਕੁਝ ਠੀਕ ਹੋਣਾ, ਉਦੋਂ ਡਾਕਟਰ ਵੀ ਤਿਆਰ ਹੋ ਜਾਣਾ। ਜੀ ਹਾਂ ਬਿਲਕੁਲ, ਹਾਂ ਹੁਣ ਜਿਹੜਾ ਉਮੀਦ ਹੈ ਮੈਨੂੰ ਵੀ ਹਰ ਚੀਜ਼ ਮੇਰੀ ਨਾ ਪੂਰੀ ਹੈ ਹੁਣ। ਹਾਂਜੀ ਹਾਂ ਤੇ ਅੱਲਾਹ ਤਾਲਾ ਰਹਿਮ ਕਰੇ ਦਾ ਹੁਣ ਬੜੀ ਜਲਦੀ ਹੈ ਤੇ ਮੈਂ ਕਰਕੇ ਲਗਾ ਜਾਂਦਾ ਲੇਕਿਨ ਪਰੇਸ਼ਾਨੀ ਬਣੇਗੀ ਤੈਨੂੰ। ਸਹੀ ਹੈ, ਹਾਂ ਮੈਂ ਕਿਹਾ ਨਹੀਂ ਜੀ ਫਿਰ ਇਹ ਮੈਂ ਪਿੱਛੋਂ ਪਰੇਸ਼ਾਨ ਹੋਵਾਂ ਫਿਰ ਤੇ ਮਸਲਾ ਬਣੇਗਾ। ਚੁੱਪ ਕਰਕੇ ਨਾ ਜੀ ਜਿੱਥੇ ਇੰਨਾ ਟਾਈਮ ਗੁਜ਼ਾਰ ਛੱਡਿਆ ਇੱਕ ਮਹੀਨਾ ਕੱਢ ਲਾ ਮੈਨੂੰ ਤੇਰਾ ਪਤਾ ਨਾ ਵੀ ਤੂੰ ਕਿਥੋਂ ਸ਼ੁਰੂ ਹੋਇਆ ਕਿੱਥੇ ਗੱਲ ਗਈ ਹੈ। ਜੀ ਜੀ ਨਵਾਂ ਜਿਹੜਾ ਡਾਕਟਰ ਹੋਵੇ ਦਾ ਉਹ ਫਿਰ ਮੁੰਡੋ ਸ਼ੁਰੂ ਕਰ ਦੇਦਾ ਤੈਨੂੰ। ਬਿਲਕੁਲ ਸਹੀ ਗੱਲ ਹੈ, ਉਹਨੇ ਤੇ ਫਿਰ ਆਪਣੇ ਤਰੀਕੇ ਨਾਲ ਅੱਗੋਂ ਚਲਾਣਾ ਹੈ। ਹਾਂ ਤੇ ਉਹਦੇ ਨਾਲ ਬਿਹਤਰ ਹੈ ਤੂੰ ਮਹੀਨਾ ਇੱਕ ਜਗ੍ਹਾ ਨਾ ਜੀ ਉਹ ਇੱਕ ਤੇ ਬਾਡੀ ਠੀਕ ਹੋ ਜਾਏ ਦੀ ਜੀ। ਹਾਂ ਇਹ ਟੀਕੇ ਜਿਹੜੇ ਨੇ ਇੱਕ ਦਿਨ ਛੱਡ ਕੇ ਦੂਜੇ ਦਿਨ ਦਵਾਈ ਜਾਏ ਇਹਦਾ ਤੈਨੂੰ ਫਾਇਦਾ ਹੈ ਵੀ ਜਿਹੜੇ ਬਾਅਦ ਚ ਪਰੇਸ਼ਾਨੀ ਬਣਨੀ ਉਹ ਨਹੀਂ ਬਣਨ ਲੱਗੀ। ਜੀ ਹਾਂ ਬਿਲਕੁਲ ਨਹੀਂ ਨਹੀਂ ਉਹਦੀ ਗੱਲ ਅੱਲਾਹ ਤਾਲਾ ਐਵੇਂ ਬੜਾ ਚੰਗਾ ਯਾਰ ਜਿਹੜਾ ਸਿਆਲਕੋਟ ਦਾ। ਅੱਛਾ ਹਾਂ ਤੇ ਪੰਜਾਬੀ ਬੜੀ ਠੋਸ ਬੋਲਦਾ ਸਹੀ ਬਸ ਹਾਂ ਉਹ ਸੱਚ ਬਿਹਤਰੀ ਤੇਰੀ ਹੈ।
ਹਾਂ ਜੀ ਤਿਆਰੀ, ਇੱਕ ਕਿਸਮ ਦੀ ਜੰਗ ਦੀ ਤਿਆਰੀ ਤੂੰ ਕਰਨੀ ਹੈ। ਸਹੀ ਹੈ, ਹਥਿਆਰ ਪੂਰੇ ਹੋਣਗੇ ਤੇ ਤੂੰ ਜੰਗ ਤੇ ਜਾਣਾ ਨਾ, ਇਹ ਜੰਗ ਹੀ ਸਮਝ ਤੂੰ ਇਹਨੂੰ। ਗੱਲ ਵੀ ਦੀ ਆ, ਸਹੀ ਹੈ ਵੀ ਹੈ ਤੇ ਜੰਗ ਵਾਲੀ ਕੰਮ ਹੈ ਕਿ ਹਾਂ ਇਹ ਜੰਗ ਹੀ ਹੈ, ਇਹਨੂੰ ਤਿਆਰੀ ਕਰਕੇ ਜਾ ਤੂੰ ਤਾਂ ਕਿ ਤੈਨੂੰ ਪਰੇਸ਼ਾਨੀ ਨਾ ਬਣੇ ਕੋਈ। ਜੀ ਹਾਂ, ਉਹ ਮੈਂ ਸਮਝ ਮੇਰੀ ਤੇ ਗੱਲ ਫਿਰ ਆ ਗਈ। ਮੈਂ ਕਿਹਾ ਠੀਕ ਹੈ ਯਾਰ, ਇਹ ਗੱਲ ਜਿਹੜੀ ਡਾਕਟਰ ਕਰਦਾ ਇਹਦੇ ਜਿਹੜਾ ਵਸ ਪੈਣਾ ਡਾਕਟਰ ਦੇ ਹੈ। ਹਾਂਜੀ ਬਿਲਕੁਲ, ਤੇ ਇਹਦੀ ਜੇ ਮੰਨੀਏ ਨਾ ਤੇ ਇਹ ਫਿਰ ਤਾਂ ਸਾਰੇ ਕੰਮ ਗਲਕੰਦ ਹੋ ਜਾਣਾ ਨਾ। ਨਹੀਂ ਜੀ, ਉਹ ਉਹਨਾਂ ਦੇ ਹੱਥ ਪਾਸੇ ਜੋ ਉਹਨਾਂ ਦੇ ਮੰਨਣੀ ਤੇ ਫਿਰ। ਹਾਂਜੀ ਬਿਲਕੁਲ, ਤੇ ਉਹ ਮੇਰਾ ਜ਼ਿਹਨ ਜਿਹੜਾ ਨਾ ਉਹ ਮੁਤਮੈਨ ਹੈ। ਸਹੀ ਹੈ, ਹਾਂ ਕਿਉਂਕਿ ਜਿਹੜਾ ਨਾ ਜੋ ਜਿਹੜੀ ਗੱਲ ਉਹ ਕਰਦਾ ਨਾ ਉਹ ਤਕਰੀਬਨ ਸਹੀ ਹੁੰਦੀ। ਬਾਅਦ ਚ ਮੇਰੇ ਇੱਕ ਦੋ ਜਿਹੜੇ ਮਰੀਜ਼ ਵੀ ਮਿਲੇ ਨੇ ਮੈਨੂੰ, ਜੀ ਜੀ, ਆਪਰੇਸ਼ਨ ਉਹਨਾਂ ਕਰਵਾਏ ਨੇ। ਸਹੀ ਹੈ, ਤੇ ਇਹਦੇ ਕੋਲ ਕਰਵਾਏ ਨੇ, ਉਹ ਉਹਨਾਂ ਨੇ ਆਖਿਆ ਵੀ ਜਿੰਨਾ ਤੂੰ ਆਪਣੇ ਆਪ ਨੂੰ ਠੀਕ ਕਰ ਲੇਦਾ ਨਾ ਓਨਾ ਜਲਦੀ ਤਿਆਰ ਹੋ ਜਾਣਾ। ਅੱਲਾ ਤਾਲਾ ਯਾਰ ਬਸ ਖੈਰ ਕਰਨ ਸਿਰਫ ਡਾਕਟਰ ਦੀ ਕੋਈ ਕਮਾਲ ਨੀ, ਡਾਕਟਰ ਨੇ ਤੇ ਲਾ ਦੇਣਾ ਜੀ। ਇਹ ਫਿਰ ਜਿਹੜੀ ਤਾਕਤ ਹੈ ਨਾ, ਹਾਂਜੀ, ਉਹਦੇ ਨਾਲ ਗੁਰਦਾ ਚੱਲਦਾ, ਆਪਣੀ ਜਿਸਮ ਦੀ ਤਾਕਤ ਨਾਲ ਹੀ ਚੱਲਣਾ ਹੈਗਾ ਫਿਰ। ਹਾਂ ਇਹ ਤਾਕਤ, ਇਹ ਗੱਲ ਵੇਖੋ ਨਾ, ਜਿਹੜੇ ਜਿਸ ਬੰਦੇ ਪਰੇਸ਼ਾਨ ਕਰਵਾਏ ਆ ਉਹਨੂੰ ਬੜਾ ਪਤਾ ਹੈ। ਅੱਛਾ ਬਿਲਕੁਲ, ਐਵੇਂ ਗੱਲ, ਉਹ ਮੈਨੂੰ ਨਾ ਦੱਸਿਆ ਹੁੰਦਾ ਕਿ ਤਾਕਤ ਨਾਲ ਚੱਲਦਾ, ਹੋਰ ਡਾਕਟਰ ਦੀ ਕਲਾ ਮਾਰ ਇਹਦੇ ਕੋਲ ਨਹੀਂ। ਜੇ ਬਾਡੀ ਸਹੀ ਹੈ ਨਾ ਜਿਆ, ਤੇ ਇਹ ਮੁਜ਼ੰਮਲ ਗੱਲ ਵੀ ਸਹੀ ਹੈ। ਉਹ ਜਿਹੜਾ ਸਾਬਰ ਹੈ ਮੋਟਰਸਾਈਕਲ ਵਾਲਾ ਜਿਹਦੇ ਕੋਲ ਗਏ ਤਾਂ, ਹਾਂ ਹਾਂ ਇੱਥੇ ਫਤਿਹਪੁਰ ਜਿਹੜਾ ਸੀ, ਫਤਿਹਪੁਰ ਵਾਲਾ ਜੀ ਜੀ, ਹਾਂ ਉਹ ਵੇਖ ਲਾ 15 ਦਿਨ ਉੱਥੋਂ ਘਰ ਆ ਗਿਆ ਤੇ ਆ ਕੇ ਫਿਰ ਉਹਨੇ ਆਰਾਮ ਨੀ ਕੀਤਾ, ਜਿਹੜੇ ਬੂਟੇ ਲਾਉਂਦਾ ਸੀ ਉਹਦੇ ਕੋਲ ਗਿਆ। ਹਾਂ ਬਿਲਕੁਲ, ਜਦੋਂ ਅਸੀਂ ਮਿਲਿਆ ਉਦੋਂ ਬਾਕੀ ਉਹ ਬਾਗ ਬਾਗ ਦੇ ਬੂਟੇ ਲਾ ਰਿਹਾ ਸੀ। ਹਾਂ ਬੂਟੇ ਪਰ ਲਾਉਂਦਾ ਸੀ, ਉਹਦੀ ਖੂਬੀ ਇਹ ਹੀ ਕੋਈ ਬੰਦੇ ਦੀ ਪਹਿਲੇ ਬਾਡੀ ਠੀਕ ਸੀ। ਹਾਂ ਬਿਲਕੁਲ, ਨਹੀਂ ਨਹੀਂ ਤਾਕਤ ਹੈ, ਕਿਉਂਕਿ ਉਹਨੇ ਜਲਦੀ ਜਿਹੜਾ ਨਾ ਜਿਹੜਾ ਆਪਰੇਸ਼ਨ ਵਾਲੇ ਪਾਸੇ ਉਹ ਜਲਦੀ ਚਲਾ ਗਿਆ, ਉਹਦੀ ਹਰ ਚੀਜ਼ ਠੀਕ ਸੀ ਅਜੇ। ਜੀ ਜੀ ਬਿਲਕੁਲ, ਹਾਂ ਇਹ ਹੀ ਹੈ ਨਾ, ਇੱਕ ਜ਼ਮੀਨ ਸਹੀ ਤਿਆਰ ਹੋਈ ਹੈ ਉਹਦੇ, ਜਿਹੜੀ ਸ਼ਾਇਦ ਵੀ ਜਿਹੜਾ ਸੁੱਟਿਆ ਦਾ ਉਹ ਜਲਦੀ, ਹਾਂਜੀ, ਜੰਮ ਜਾਏਗਾ ਜਲਦੀ, ਜਿਹੜਾ ਉਹ ਕੋਟ ਕਰ ਜਾਏਗਾ। ਹਾਂ ਬਿਲਕੁਲ, ਇਹ ਗੱਲ ਇਹ ਹਿਸਾਬ ਹੈ, ਇਹ ਵੀ ਇੱਕ ਮਿੱਟੀ ਦਾ ਹੀ ਬੰਦਾ ਬਣਿਆ ਨਾ। ਬਿਲਕੁਲ ਬਿਲਕੁਲ, ਇਸ ਤਰ੍ਹਾਂ ਹੀ ਗੱਲ, ਮਿੱਟੀ ਦਾ ਹੀ ਬਣਿਆ ਨਾ ਬੰਦਾ, ਇਹਦੇ ਚ ਫਿਰ ਥੋੜਾ ਜਿਹਾ ਬੰਦਾ ਜੇ ਸੋਚੇ ਤਾਂ ਸਾਰਾ ਉਹ ਹੀ ਸੇਮ ਬੰਦਾ ਹੈ ਤੇ ਮਿੱਟੀ ਹੈ ਨਾ। ਅੱਛਾ ਚਲੋ, ਅੱਲਾ ਤਾਲਾ ਖੈਰ ਕਰੇ, ਮਸਜਿਦ ਦੇ ਪਹਿਲੇ ਚੇਂਜ ਕੀਤੇ ਨੇ, ਮਾਂ ਮਸਜਿਦ ਆਇਆ ਨਵਾਂ ਆਪਣਾ, ਬਾਕੀ ਯਕੀਨ ਨੀ ਕਰਦੇ ਇਸ ਗੱਲ ਤੇ, ਰੌਲਾ ਹੈ ਵਿੱਚ, ਲੇਕਿਨ ਰੌਲਾ ਮਤਲਬ ਤੈਨੂੰ ਤੇ ਮੈਂ ਰਿਕਾਰਡ ਕਰ ਲਈਆਂ ਨੇ ਗੱਲਾਂ ਤੁਹਾਡੀਆਂ, ਮੈਂ ਚਾੜਨੀਆਂ ਨੇ ਨੈਟ ਤੇ, ਇਨਸ਼ਾਅੱਲਾ ਭੈਣ ਭਰਾ ਜਿੱਥੇ ਵੀ ਵੇਖਣ ਵਾਲੇ ਨੇ ਸਾਰੇ ਰਹਿੰਦੇ ਨੇ, ਉਹਨਾਂ ਨੂੰ ਇਹ ਤੂੰ ਜਿਹੜਾ ਨਾ ਆਖਣਾ ਵੀ ਤੁਸੀਂ ਦੁਆ ਕਰੋ, ਤੁਹਾਡੀ ਦੁਆ ਨਾਲ ਜਿਹੜਾ ਸਭ ਕੁਝ ਹੋ ਜਾਏਗਾ ਇਨਸ਼ਾਅੱਲਾ ਇਨਸ਼ਾਅੱਲਾ। ਪ੍ਰੇਸ਼ਨ ਹੋਣਾ ਨਾ ਪ੍ਰੇਸ਼ਨ, ਜੀ ਜੀ, ਉਦੋਂ ਵੀਡੀਓ ਵੀ ਦੇਣ ਦੇ ਉਹਨਾਂ ਨੂੰ ਯਾਰ, ਇਨਸ਼ਾਅੱਲਾ ਉਹਨਾਂ ਦੀ ਜੀ ਇੰਨੀ ਇੰਨੀ ਉਹਨਾਂ ਨੂੰ ਚਾਹਤ ਮੇਰੀ ਹੈ ਬੜੀ ਬੜੀ ਯਾਰ, ਅਸੀਂ ਉਹਨਾਂ ਨੂੰ ਤਸਦੀਕ ਕਰਾਵਾਂਗੇ ਨਾ ਵੀ ਆ ਵੇਖ ਲਓ ਪ੍ਰੇਸ਼ਨ ਹੋ ਗਿਆ। ਅੱਲਾ ਨਹੀਂ ਇਨਸ਼ਾਅੱਲਾ, ਮੈਂ ਆ ਜਾਣਾ ਉੱਥੇ ਹੀ ਕਿ ਤੁਹਾਡੇ ਕੋਲ ਇਨਸ਼ਾਅੱਲਾ, ਮੈਨੂੰ ਜੇ ਹੁਣ ਪਤਾ ਲੱਗਿਆ ਨਾ ਵੀ ਹੁਣ ਤੁਹਾਡਾ ਟਾਈਮ ਟੇਬਲ ਬਣ ਗਿਆ ਡਾਕਟਰ ਨਾਲ ਪੱਕਾ ਫਿਕਸ ਹੋ ਗਿਆ, ਮੈਂ ਬਸ ਇਹ ਜਿਹੜਾ ਨਾ 3 ਤੋਂ 4 ਬਸ ਇੱਥੇ ਹੀ ਬਣਨਾ ਪ੍ਰੋਗਰਾਮ। ਚਲੋ ਇਨਸ਼ਾਅੱਲਾ, ਅੱਲਾ ਤਾਲਾ ਦੀ ਰਾਤ ਅੱਗੇ ਵੀ ਬਸ ਸਿੱਧ ਕਰੇ, ਤੇ ਬਸ ਅੱਲਾ ਤਾਲਾ ਅੱਗੇ ਵੀ ਸਾਡੀ ਇਹੀ ਦੁਆ। ਹੋਰ ਆਪਣੇ ਜੀ ਸਾਰੇ ਠੀਕ ਨੇ? ਹਾਂਜੀ ਅੱਲਾ ਦਾ ਸ਼ੁਕਰ ਹੈ, ਬਿਲਕੁਲ ਘਰ ਵੀ ਸਭ ਠੀਕ ਠਾਕ। ਚਲੋ ਸਲਾਮ ਦੁਆ ਵੀ ਮੇਰੀ ਉਹਨਾਂ ਨੂੰ ਦਈ। ਵਾਲੇਕਮ ਸਲਾਮ ਜੀ, ਬਹੁਤ ਮਿਹਰਬਾਨੀ, ਤੇ ਅੱਲਾ ਖੈਰ ਰੱਖੇ ਉਹਨਾਂ ਨੂੰ ਯਾਰ, ਤਸਵੀਰ ਦਿਆਂ ਦੇ, ਚਲੋ ਖੈਰ ਰੱਖੇ, ਵੀਡੀਓ ਕੱਲਾਂ ਦੇ ਉਹਨਾਂ ਨੂੰ, ਇਨਸ਼ਾਅੱਲਾ ਇਨਸ਼ਾਅੱਲਾ ਯਾਰ, ਉਹ ਵੀ ਵੇਖਣਾ ਕਿ ਜਿਹੜਾ ਇੰਤਜ਼ਾਰ ਹੈ ਇਹਨਾਂ ਨੂੰ, ਉਹਨਾਂ ਨੂੰ ਬਸ ਬੜੀ ਉਹ ਕੰਮ ਬਈ। ਹਾਂਜੀ, ਪ੍ਰੇਸ਼ਨ ਵਾਲਾ ਵੀ ਕਿਉਂ ਨਹੀਂ ਹੁੰਦਾ ਫਿਰ, ਕੀ ਵਜ੍ਹਾ ਹੈ ਯਾਰ? ਜਿਵੇਂ ਇੱਥੇ ਚੱਕ ਵਾਲੇ ਸਾਡੇ ਪਰੇਸ਼ਾਨ ਨੇ ਨਾ, ਆਪਣੇ ਚੱਕ ਵਾਲੇ ਮਤਲਬ ਆਪਣੇ ਪਿੰਡ ਵਾਲੇ ਵੀ ਕਿਉਂ ਪਰੇਸ਼ਾਨ, ਉਹ ਤਾਂ ਫਿਰ ਬਾਹਰ ਬੈਠੇ, ਬਾਹਰ ਬੈਠੇ ਸਾਰੀ ਦੁਨੀਆ ਯਾਰ ਪਰੇਸ਼ਾਨ ਨੇ, ਵੀ ਪਤਾ ਨੀ ਕੀ ਵਜ੍ਹਾ ਕਿਉਂ ਨੀ ਉਹਦਾ ਪਰੇਸ਼ਨ ਹੋ ਰਿਹਾ। ਹਾਂ ਇਹ ਬਿਲਕੁਲ ਗੱਲ ਠੀਕ ਹੈ ਉਹਨਾਂ ਦੀ,
ਇਹਦੇ ਚ ਸ਼ੱਕ ਬੰਦੇ ਨੂੰ ਪੈ ਜਾਂਦਾ ਵੀ ਪਤਾ ਨੀ ਰੌਲਾ ਕੀ ਹੈ, ਹੁੰਦਾ ਵੀ ਇੱਕ ਨਹੀਂ ਹੁੰਦਾ। ਹਾਂ ਬਿਲਕੁਲ ਨਹੀਂ, ਫਿਰ ਕੋਈ ਯਾਰ ਹਿਸਾਬ ਕਿਤਾਬ ਵੀ ਫਿਰ ਇੰਜ ਦੇ ਹੁੰਦੇ ਨੇ, ਡਾਕਟਰੀ ਮਾਮਲਾਤ ਵੀ ਸਾਰੇ। ਜੀ ਮਰੀਜ਼ ਜਿਹੜਾ ਹੁੰਦਾ ਨਾ, ਹਾਂਜੀ, ਕੋਸ਼ਿਸ਼ ਹੁੰਦੀ ਹੈ ਜਲਦੀ ਤੋਂ ਜਲਦੀ ਮੈਂ ਠੀਕ ਹੋ ਜਾ। ਜੀ ਜੀ ਜੀ, ਲੇਕਿਨ ਅੱਗੋਂ ਜਿਹੜਾ ਨਾ ਡਾਕਟਰ ਉਹਨੇ ਵੀ ਹਿਸਾਬ ਲਾਣਾ ਵੀ ਬੰਦਾ ਕਿੱਥੇ ਜਾ ਕੇ ਠੀਕ ਹੋਵੇਗਾ। ਹਾਂਜੀ, ਨਹੀਂ ਨਹੀਂ ਉਹਨੂੰ ਬਿਹਤਰ ਪਤਾ ਹੁੰਦਾ ਕਿ ਜਿਹੜਾ ਬਿਹਤਰ ਉਹਨੂੰ ਪਤਾ, ਮਰੀਜ਼ ਦਾ ਅੱਧਾ ਜਿਹੜਾ ਪਾਗਲ ਹੁੰਦਾ ਤੇ। ਸਹੀ ਗੱਲ ਨਹੀਂ, ਸਾਨੂੰ ਤੇ ਹੁਣ ਅਸੀਂ ਤੇ ਆਪਣੀ ਜਟਕੀਆਂ ਜਟਕੀਆਂ ਗੱਲਾਂ ਕਰਨੀਆਂ ਨੂੰ, ਉਹਨਾਂ ਨੇ ਤੇ ਫਿਰ ਆਪਣੇ ਹਿਸਾਬ ਨਾਲ ਹੀ ਚਲਾਣਾ। ਨਹੀਂ ਡਾਕਟਰ ਨੇ ਫਿਰ ਬੜਾ ਮੈਨੂੰ ਸਮਝਾਇਆ, ਉਹਨੇ ਆਖਿਆ ਵੀ ਇਹ ਜਿਹੜਾ ਨਾ ਮੇਰਾ ਟੱਕ ਦੇਣ ਵਾਲਾ ਕੰਮ ਨਹੀਂ, ਟੱਕ ਦਿਓ ਤੇ ਟਾਂਕੇ ਲਾ ਕੇ। ਸਹੀ ਗੱਲ, ਬਾਅਦ ਵਿੱਚ ਤੂੰ ਪੁੱਛਣਾ ਸਾਨੂੰ ਵੀ ਮੇਰਾ ਕੀ ਬਣਿਆ, ਹੈ ਤੇ ਅਸੀਂ ਫਿਰ ਕੀ ਦੱਸੀਏ ਤੈਨੂੰ ਵੀ ਕੀ ਬਣਿਆ।